ਨਹੀਂ ਕਿ ਕਿਸੇ ਤੇ ਭਾਵਨਾ ਰੱਖ ਲਓ ਉਹੀ ਉਹ ਰੱਬ ਹੈ। ਉਹ ਸਮਾਂ ਗਿਆ। ਪੱਥਰ ਦੀ ਇੱਕ ਮਿਸਾਲ ਦਿੱਤੀ ਹੈ, ਕੋਈ ਦੁਨੀਆਂ ਨੂੰ ਪੱਥਰ ਪੂਜਣ ਦਾ ਉਪਦੇਸ਼ ਨਹੀਂ ਦਿੱਤਾ ਵੀ ਤੁਸੀਂ ਵੀ ਸਾਰੇ ਆਪਣੇ ਆਪਣੇ ਅੱਗੇ ਇੱਕ ਇੱਕ ਵੱਡਾ ਪੱਥਰ ਦਾ ਰੱਖ ਲਓ, ਕਿਉਂਕਿ ਤੰਨੇ ਨੇ ਪੱਥਰ ਪੂਜਿਆ ਸੀ। ਉਹ ਤਾਂ ਇੱਕ ਮਿਸਾਲ ਦਿੱਤੀ ਹੈ, ਕਿਉਂਕਿ ਜੇਕਰ ਉਦਰੀ ਪੂਤਣਾ ਵਿਉਹ ਪਿਆਲਣ ਕੰਮ ਨਾ ਚੰਗਾ। ਜੇ ਪੂਤਣਾ ਤਰ ਗਈ ਭਗਵਾਨ ਕ੍ਰਿਸ਼ਨ ਨੂੰ ਜ਼ਹਿਰ ਦਿੰਦੀ ਤੇ ਹੁਣ ਸਾਰੀਆਂ ਮਾਈਆਂ ਇਹ ਸਮਝਣ ਗਈ ਲੋਕਾਂ ਦੇ ਬੱਚਿਆਂ ਨੂੰ ਜ਼ਹਿਰ ਦੇ ਕੇ ਹੀ ਤਰੀਦਾ। ਤੇ ਜੇ ਕੰਜਰੀ ਤਰ ਗਈ ਤਾਂ ਸਭ ਕੋਈ ਇਹ ਸਮਝੇ ਬਈ ਐਸੇ ਪਾਪ ਕਰਕੇ ਹੀ ਤਰ ਸਕਦੇ। ਤੇ ਜੇ ਪੱਥਰ ਪੂਜ ਕੇ ਠਾਕੁਰ ਪ੍ਰਗਟ ਕਰਕੇ ਦੰਨਾ ਤਰ ਗਿਆ ਤਾਂ ਮਤਲਬ ਇਹ ਨਹੀਂ ਵੀ ਅਸੀਂ ਸਾਰੇ ਪੱਥਰ ਪੂਜੀਏ। ਸਵਾਲ ਇਹ ਹੈ ਕਿ ਜੋ ਸੱਚਮੁੱਚ ਅਸਲ ਭਗਵਾਨ ਹੈ ਤੁਹਾਡੀ ਏਡੀ ਭਾਵਨਾ ਉਸ ਤੇ ਆਵੇ ਤੇ ਉਹ ਕੌਣ ਹੈ? ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਤੱਖ ਸਰੂਪ ਗੁਰੂ ਗ੍ਰੰਥ ਸਾਹਿਬ। ਸੰਗਤ ਵਿੱਚ ਆਉਂਦਿਆਂ ਕੋਈ ਦਿਨ ਆਵੇਗਾ ਜਦੋਂ ਇਹ ਪ੍ਰੇਮ ਦਾ ਅਣਿਆਲਾ ਤੀਰ ਲੱਗੇਗਾ ਤੇ ਫਿਰ ਪਤਾ ਲੱਗੇਗਾ ਬਈ ਇਹ ਪੀੜਾ ਕੈਸੀ। ਸਭ ਪੀੜਾਂ ਦੁਖਦਾਈ ਹਨ, ਇਹ ਪੀੜ ਕਿੱਡੀ ਸੁਖਦਾਈ ਹੈ। ਇਹ ਪੀੜ ਜਿਸ ਨੂੰ ਲੱਗੀ ਨਹੀਂ ਉਸ ਦੀਆਂ ਸਾਰੀਆਂ ਪੀੜਾਂ ਬਰਕਰਾਰ ਰਹੀਆਂ ਹਨ, ਮੁੱਕੀਆਂ ਨਹੀਂ। ਤੇ ਇਹ ਲੱਡੂ ਜਿਹੜੇ ਵਰਤ ਰਹੇ ਹਨ ਇਹ ਅੱਜ ਤੁਹਾਡਾ ਸੇਵਕ ਜਨਮਿਆ ਸੀ ਅੱਜ ਦੇ ਦਿਨ। ਪੁੱਤਰੀ ਤਾਂ ਬੜੀ ਖੁਸ਼ੀ ਹੁੰਦੀ ਹੈ, ਸੇਵਕ ਦੀ ਪਤਾ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ ਨੌਕਰ ਦੇ ਘਰ ਜੇ ਕੋਈ ਖੁਸ਼ੀ ਆ ਗਈ ਤਾਂ ਫਿਰ ਕੀ ਹੋਇਆ ਮਾਲਕ ਨੂੰ? ਮਾਲਕ ਕੋਲ ਹੀ ਉਜਾ ਨੌਕਰ ਬਤੇਰੇ ਹਨ। ਵਿਸ਼ਵਾਸ ਦੀ ਅਸੀਂ ਮਾਲਕ ਦੀ ਸੇਵਾ ਤਾਂ ਆ ਕੀਰਤਨ ਹੈ ਤੇ ਇਹ ਸੇਵਾ ਇਹ ਤੁਹਾਡੀ ਸੰਗਤ ਦੀ ਹੈ, ਕਿਉਂਕਿ ਖਬਰ ਨਹੀਂ ਮਾਲਕ ਕਿਹਦੇ ਆਖੇ ਲੱਗ ਜਾਵੇ, ਕਿਹਦੇ ਆਖੇ ਲੱਗ ਜਾਏ ਤੇ ਕਿਸ ਦੀ ਮਨ ਲਵੇ। ਇਸ ਲਈ ਇਹ ਥੋੜਾ ਸਾ ਪ੍ਰਸਾਦ ਸਾਧ ਸੰਗਤ ਦੀ ਰਸਨੀ ਲਾਇਕ ਹੋਇਆ ਹੈ ਕਿ ਜਿਵੇਂ ਤੁਹਾਡਾ ਪ੍ਰਸਾਦ ਖਾ ਕੇ ਮੂੰਹ ਮਿੱਠਾ ਹੋਇਆ ਤਿਵੇਂ ਅਸੀਸ ਕਰ ਜਾਓ, ਕੀਰਤਨ ਕਰਦੇ ਆ ਮੇਰੀ ਜਵਾਨ ਮਿੱਠੀ ਹੋਵੇ। ਇਹ ਮਿਠਾਸ ਮੁੜ ਤੁਹਾਨੂੰ ਮਿਲਣੀ ਹੈ, ਫਿਰ ਤੁਹਾਡੇ ਹੀ ਕੰਮ ਆਉਣੀ ਹੈ। ਕਿਰਪਾ ਕਰਨੀ, ਅਰਦਾਸ ਕਰਨੀ, ਮੇਰੀ ਉਮਰ ਵੱਡੀ ਦੀ ਅਰਦਾਸ ਨਾ ਕਰਨੀ, ਬੇਸ਼ੱਕ ਉਹ ਜਿਤਨੀ ਸਾਈ ਨੇ ਦਿੱਤੀ ਹੈ ਮੈਨੂੰ ਉਤਨੀ ਬਥੇਰੀ ਹੈ, ਪਰ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ। ਇਹ ਕੀਰਤਨ ਚੱਲਿਆ ਜਾਏ, ਕੀਰਤਨ ਹੁੰਦਾ ਰਹੇ ਮੇਰੇ ਤੱਕ ਵੀ ਤੇ ਮੈਥੋਂ ਬਾਅਦ ਵੀ। ਇਹ ਸੋਮਾ ਇਹ ਬੰਦ ਨਾ ਹੋਵੇ, ਇੱਥੋਂ ਜੇ ਹੁਣ ਰੱਜ ਕੇ ਕੋਈ ਪੀ ਰਿਹਾ ਹੈ ਤਾਂ ਇਹ ਸੋਮਾ ਇਤਨਕ ਤਾਂ ਜਾਰੀ ਰਹੇ ਕਿ ਇੱਥੋਂ ਇੱਕ ਬੂੰਦ ਆਉਣ ਵਾਲੇ ਨੂੰ ਮਿਲ ਜਾਏ, ਔਰ ਉਸ ਬੂੰਦ ਨਾਲ ਵੀ ਉਤਨੀ ਤ੍ਰਿਪਤੀ ਹੋਵੇਗੀ ਜਿਤਨਾ ਕੋਈ ਰੱਜ ਕੇ ਪੀ ਰਿਹਾ ਹੈ। ਇਸ ਵਾਸਤੇ ਆਪ ਕਿਰਪਾ ਕਰਨੀ, ਸਰਬਤ ਮਾਈ ਭਾਈ ਜਿਸ ਵੇਲੇ ਅਰਦਾਸਾ ਹੋਵੇ ਤਾਂ ਇਹੀ ਮੰਗ ਮੰਗਣੀ, ਦਾਤਾ ਸਾਡਾ ਕੀਰਤਨ ਦਾ ਸੰਬੰਧ ਹੈ, ਅਸੀਂ ਕੀਰਤਨ ਦੇ ਮੇਲੀ ਹਾਂ, ਇਹ ਕਰਦਾ ਅਸੀਂ ਸੁਣਦੇ ਹਾਂ, ਸਾਡੀ ਇਹ ਸਾਂਝ ਜੁਗ ਜੁਗ ਬਣਾਈ ਰੱਖੀ, ਇਹ ਕਰਨ ਸੁਣਨ ਵਾਲਿਆਂ ਦੀ ਥਾਂ ਤੇਰੇ ਚਰਨਾਂ ਵਿੱਚ ਬਰਕਰਾਰ ਰਹੇ। ਮੈਂ ਕੋਈ ਕਾਰੋਬਾਰ ਨਹੀਂ ਕਰਦਾ, ਮੈਂ ਕੋਈ ਹੱਟੀਆਂ ਨਹੀਂ ਪਾਈਆਂ ਹੋਈਆਂ। ਕੋਈ ਆਖਦਾ ਸੀ ਜੀ ਬੜੀ ਮਾਇਆ ਸੰਤਾਂ ਕੋਲ, ਬਈ ਗੱਲ ਇਹ ਹੈ ਮੰਗਿਆ ਤਾਂ ਨਹੀਂ, ਹੱਥ ਤਾਂ ਨਹੀਂ ਪਸਾਰਿਆ ਵੀ ਮੈਨੂੰ ਦੇ, ਆ ਜੋ ਕੁਝ ਹੋ ਰਿਹਾ ਟਿਕਟ ਤਾਂ ਨਹੀਂ ਲਾਈ ਹੋਈ, ਤੇਰੀ ਆਪਣੀ ਮਰਜ਼ੀ ਹੈ ਨਾ ਵੀ ਤੂੰ ਜੋ ਮਰਜ਼ੀ ਪਾ ਦੇ, ਹੁਣ ਜੋ ਤੂੰ ਮਰਜ਼ੀ ਆਪਣੀ ਖੁਸ਼ੀ ਨਾਲ ਪਾ ਦੇਵੇਂ। ਬਾਬਾ ਜੀ ਦੇ ਪਾਸ ਇਹ ਗੋਲਕ ਨਹੀਂ ਸੀ ਹੁੰਦੀ, ਕੋਈ ਮੱਥਾ ਟੇਕਦਾ ਵੀ ਸੀ ਅਣਜਾਣ ਬੰਦਾ ਤੇ ਸੇਵਾਦਾਰ ਪੈਸਾ ਪਾਈ ਆਨਾ ਦੋ ਆਨੇ ਰੁਪਈਆ ਚੁੱਕ ਕੇ ਜੋ ਕੁਝ ਕਿਸੇ ਰੱਖਿਆ ਬਾਹਰ ਸੁੱਟਦੇ ਸਨ, ਔਰ ਲੋਕੀ ਬੜੀ ਨਿੰਦਾ ਕਰਦੇ ਸਨ। ਦੇਖੋ ਜੀ ਗੁਰੂ ਅੱਗੇ ਬੇਟਾ ਰੱਖਦੇ ਆ ਤੇ ਇਹਦੀ ਨਿਰਾਦਰੀ ਕਰਦੇ ਸਨ, ਕਿਹੜੀ ਸ਼ਾਨ ਬਾਬਾ ਜੀ ਦੀ, ਔਰ ਨਿੰਦਕ ਤਾਂ ਵੀ ਨਾ ਟੱਲੇ। ਅਸੀਂ ਵੀ ਇੱਥੇ ਕਿਤਨੀ ਵਾਰੀ ਬੰਦ ਕਰ ਚੁੱਕੇ ਹਾਂ, ਕਈ ਵਾਰੀ ਬੰਦ ਕੀਤੀ ਹੈ ਵੀ ਹੁਣ ਨਾ ਪਾਣਾ, ਤੇ ਫਿਰ ਕੰਨਾਂ ਨਾਲ ਸੁਣਿਆ ਪਏ ਆਖਣ ਹਾਂ ਜੀ ਹੁਣ ਬਹੁਤ ਹੋ ਗਈ ਹੈ ਨਾ, ਹੁਣ ਲੋੜ ਕੋਈ ਨਹੀਂ। ਰੱਜ ਖਾਂਦਿਆਂ ਲੋਕ ਨਾ ਵੇਖ ਸਕਣ ਤੇ ਨਾ ਭੁੱਖਿਆਂ ਕੁਝ ਦਿਲਾਨ ਕੋਲੂ, ਕੱਪੜਾ ਵੇਖ ਸੋ ਬੈਦ ਪਏ ਉਂਝ ਕੁੜਦੇ, ਮੈਲੇ ਹੁੰਦਿਆਂ ਪਏ ਦੁਰਗਾਨ ਕੋਲੂ, ਨਾ ਤੇ ਹੱਸਦਿਆਂ ਵੇਖ ਕੇ ਸਹਿ ਸਕਣ ਤੇ ਨਾ ਰੋਂਦਿਆਂ ਚੁੱਪ ਕਰਾਨ ਕੋਲੂ, ਕਰਾਂ ਕੀ ਮੈਂ ਪਿਆਰਿਆ ਨਹੀਂ ਹੁੰਦਾ ਕਿਸੇ ਗੱਲੇ ਛੁਟਕਾਰਾ ਜਹਾਨ ਕੋਲੂ। ਇਸ ਵਾਸਤੇ ਅਸੀਂ ਤਾਂ ਆਪਣਾ ਜਹਾਨ ਇਸ ਚਾਰ ਦੀਵਾਰੀ ਦੇ ਅੰਦਰ ਹੀ ਬਣਾ ਦੇ, ਬਾਹਰ ਲੋੜ ਹੀ ਕੋਈ ਨੀ। ਹੁਣ ਤੇ ਬਾਹਰ ਬਹੁਤ ਹੀ ਘੱਟ ਗਿਆ, ਕੋਈ ਆਉਂਦਾ ਵੀ ਹੈ ਤੇ ਹੱਥ ਜੋੜਦੇ ਆ ਵੀ ਸਰੀਰ ਹੀ ਨਹੀਂ ਕੱਟਦਾ,
ਆ ਇੱਕ ਐਤਵਾਰ ਦਾ ਦਿਨ ਹੁੰਦਾ ਸੀ ਕਿਤੇ ਬਾਹਰ ਪ੍ਰੋਗਰਾਮ ਕੋਈ ਬੜੀ ਮਜਬੂਰੀ ਨਾਲ ਕਰ ਲਵੇ ਉਹ ਵੀ ਹੁਣ ਸਵੇਰੇ ਸ਼ਾਮ ਕਿਉਂਕਿ ਰਜੌਰੀ ਨਾਲ ਲੱਗਿਆ ਤੇ ਤਨ ਵਿੱਚ ਇਤਨਾ ਹੁਣ ਬਲ ਨਹੀਂ ਜੋ ਥਾਂ ਥਾਂ ਤੇ ਕਰਦੇ ਫਿਰੀਏ ਬੜੀ ਕਿਰਪਾ ਕੀਤੀ ਹੈ ਗੁਰੂ ਨੇ ਆ ਐਤਵਾਰ ਰਜੌਰੀ ਦਾ ਬਣਾ ਕੇ ਐਸਾ ਮਸਰੂਫ ਕਰ ਦਿੱਤਾ ਹੈ ਕਿ ਹੋਰ ਕੋਈ ਪ੍ਰੋਗਰਾਮ ਹੋ ਹੀ ਨਹੀਂ ਸਕਦਾ ਤੇ 25 ਤਰੀਕ ਨੂੰ ਫਿਰ ਮੈਂ ਤੁਹਾਨੂੰ ਮੱਥਾ ਟੇਕਾਂਗਾ ਕਿਉਂਕਿ ਉਹੀ ਮੇਰਾ ਅਸਲੀ ਜਨਮ ਦਾ ਦਿਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ